ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਮੈਂ ਹਾਂਤਰ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਿੰਨ ਖਬਰਾਂ ਗੱਲਬਾਤ ਕਰਾਂਗੇ ਦੇਸ਼ ਅਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਅਹਿਮ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਪਰ ਇੱਕ ਵਾਰੀ ਨਜ਼ਰ ਮਾਰ ਲੈਣੇ ਆਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਪੰਜਾਬ ਦੇ ਮੁੱਦੇ ਇੱਕ ਇੱਕ ਕਰਕੇ ਹੱਲ ਕੀਤੇ ਜਾਣਗੇ ਚੰਨੀ ਬਿਆਸ ਵਿੱਚ 10 ਕਰੋੜ ਦੀ ਲਾਗਤ ਨਾਲ ਬਣੇਗੀ ਆਈਟੀਆਈ ਫਿਰ ਹੋਏ ਪਰਬੱਚੇ ਮਿਲਿਆ ਜਿੰਦਾ ਹੈਂਡ ਗ੍ਰਨੇਡ ਇਲਾਕੇ ਚ ਫੈਲੀ ਦਹਸ਼ਤ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਨਾਲ ਬਦਲਿਆ ਪੰਜਾਬ ਚੋਣਾਂ ਦਾ ਮਾਹੌਲ ਕਾਂਗਰਸ ਨੂੰ ਹੁਣ ਪੰਜਾਬ ਚ ਭਾਇ ਭਾਤੋ ਇਸ ਗੱਲ ਦਾ ਕਰ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੁਝ ਹੋਰ ਵੱਡਾ ਕਰਨ ਦੀ ਤਿਆਰੀ ਵਿੱਚ ਮੋਦੀ ਸਰਕਾਰ ਹੋਰ ਕਮੇਟੀ ਦੀ ਬੈਠਕ ਖਤਮ ਹੋਣ ਤੋਂ ਰਕੇਸ਼ ਤਕੈ ਦਾ ਵੱਡਾ ਬਿਆਨ 1.5 ਸਾਲ ਤੋਂ ਬੰਦ ਪਏ ਟੋਲ ਪਲਾਜਾ ਮੁਰਖ ਖੁੱਲਣਗੇ ਫਿਰ ਤੋਂ ਦੇਣਾ ਪਵੇਗਾ ਟੈਕਸ ਸੋਵਾਰ ਨੂੰ ਇਹਨਾਂ ਲੋਕਾਂ ਦੇ ਖਾਤੇ ਵਿੱਚ ਆਉਣਗੇ 1115 ਕਰੋੜਾ ਚੈੱਕ ਕਰੋ ਕੀ ਤੁਹਾਡਾ ਵੀ ਨਾਂ ਹੈ ਇਸ ਲਿਸਟ ਵਿੱਚ Rajasthan ਦੇ ਕੈਬਨਟ ਦੇ ਸਾਰੇ ਮੰਤਰੀਆਂ ਵੱਲੋਂ ਅਸਤੀਫੇ ਡੀਜ਼ਲ ਵਾਹਨ ਮਾਲਕਾਂ ਲਈ ਵੱਡੀ ਰਾਹਤ ਆ ਦਿੱਲੀ ਸਰਕਾਰ ਨੇ ਲਿਆ ਅਹਿਮ ਫੈਸਲਾ 임ਰਾਨ ਨੂੰ ਵੱਡਾ ਪ੍ਰਾਖਣ ਤੇ ਦਿਵਾਲੀ ਦਾ ਸਿੱਧੂ ਤੇ ਵੱਡਾ ਹਮਲਾ ਕਿਹਾ ਪੁੱਲ ਗਏ ਪੁੰਛ ਦੇ ਸ਼ਹੀਦਾਂ ਨੂੰ ਜੇ ਖੇਤੀਕੂਰ ਨੂੰ ਰੱਦ ਕਰਨ ਦਾ ਫੈਸਲਾ ਨਾ ਹੁੰਦਾ ਤਾਂ ਕੰਟਰੈਕਟ ਫਾਰਮਿੰਗ ਜਰੀਏ ਕਿਸਾਨਾਂ ਨੂੰ ਕਾਨੂੰਨੀ ਪੱჭੜਿਆ ਵਿੱਚ ਫਸਾ ਕੇ ਉਹ ਨਮੀਂ ਜਮੀਨਾਂ ਦੇ ਮਾਲਕ ਬਣ ਸਕਦੇ ਸੀ ਠੇਕੇਦਾਰ ਸੁਖਪ੍ਰੀਤ ਬਰਾੜ ਪੰਜਾਬ ਦੇ 20000 ਅਧਿਆਪਕਾਂ ਨੂੰ ਜਲਦੀ ਮਿਲ ਸਕਦੀ ਹੈ ਖੁਸ਼ਖਬਰੀ ਵਿੱਤ ਮੰਤਰੀ ਮਨਪ੍ਰੀਤ ਹਲ ਕੱਢ ਲਈ ਦਿੱਲੀ ਪੁੱਜੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਤੇ ਕੱਚੇ ਤੇਲ ਵਿੱਚ ਜਗ ਰਾਵਟ ਜਾਰੀ ਤਾਂ ਦੋਸਤੋ ਅੱਜ ਜਿਵੇਂ ਆਪਣੇ ਸਬੰਧੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੈਂ ਤੇ ਨਾਲ ਹੀ ਇਹ ਸਾਰੀ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੇ ਤਾਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਗੱਲ ਕਰਦੇ ਆ ਜੀ ਅੱਜ ਦੀਆਂ ਵੱਡੀਆਂ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਇੱਕ ਖਾਸ ਖਬਰ ਹੈਗੀ ਹੈ ਜੀ ਕਿ ਫਰੀਦਕੋਟ ਵਿੱਚ ਬਲਜਿੰਦਰਾ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਨੂੰ ਬਚਾਉਣ ਲਈ ਨਿਰੰਤਰ ਪੁੱਕੇ ਹੜਤਾਲ ਜਿਹੜੀ 74ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਖਬਰਾਂ ਜੀ ਕਿ ਬੀਐਸਸੀ ਖੇਤੀਬਾੜੀ ਬਚਾਓ ਮੋਰਚੇ ਵੱਲੋਂ ਸਰਕਾਰੀ ਬਲਜਿੰਦਰਾ ਕਾਲਜ ਫਿਰਕੋਟ ਵਿਖੇ ਬੀਐਸਸੀ ਖੇਤੀਬਾੜੀ ਨੂੰ ਬਚਾਉਣ ਲਈ ਮੋਰਚੇ ਵੱਲੋਂ ਲਗਾਏਗੀ ਪੁੱਖ ਹੜਤਾਲ ਅੱਜ 74ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ ਹੈ ਅੱਜ ਵਿਦਿਆਰਥੀ ਆਗੂ ਰਵਣਪੀਰ ਸਿੰਘ ਵਾਂਦਰ ਜਟਾਣਾ ਲਾਪਰੇ ਸਿੰਘ ਅਨਮੋਲ ਦੇ ਬਰਾੜ ਨੇ ਪੁੱਖ ਹੜਤਾਲ ਕੀਤੀ ਇਸ ਪੁੱਖ ਹੜਤਾਲ ਦਾ ਸਮਾਂ ਕਾਲਜ ਦੇ ਸਮੇਂ ਅਨੁਸਾਰ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੂੰ ਸਸਤੀ ਸਿੱਖਿਆ ਬੰਦ ਨਹੀਂ ਕਰਨੀ ਚਾਹੀਦੀ ਪੂਰੇ ਪੰਜਾਬ ਵਿੱਚ ਸਿਰਫ 47 ਕਾਲਜ ਜੀ ਸਰਕਾਰੀ ਨੇ ਜਿਨ੍ਹਾਂ ਵਿੱਚ ਫੀਸ ਨਾ ਮਾਤਰ ਹੁੰਦੀ ਹੈ ਗਰੀਬ ਲੋਕਾਂ ਲਈ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਪੜਾਉਣਾ ਸੌਖੀ ਗੱਲ ਨਹੀਂ ਹੈ ਉਹਨਾਂ ਸਕਾਰਿਕ ਜਥੇਬੰਦੀਆਂ ਨੂੰ ਵੀ ਵੱਧ ਚੜ ਕੇ ਵਿਦਿਆਰਥੀਆਂ ਦਾ ਸਾਥ ਦੇ ਨੂੰ ਕਿਹਾ ਇਸ ਪੜਾਈ ਦੇ ਬੰਦ ਹੋਣ ਨਾਲ ਗਰੀਬ ਵਿਦਿਆਰਥੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਵਿਦਿਆਰਥੀ ਇਸ ਕਾਲਜ ਵਿੱਚ ਸਸਤੇ ਭਾਅ ਤੇ ਡਿਗਰੀ ਕਰ ਰਿਹਾ ਬਲਕਿ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਲੈਣਾ ਗਰੀਬ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ ਜਿਸ ਨਾਲ ਉਹ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ ਸਰਕਾਰ ਨੂੰ ਇਸ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਨੂੰ ਮੋੜ ਸਰਜੀਤ ਕਰਨਾ ਚਾਹੀਦਾ ਹੈ ਉਹਨਾਂ ਨੇ ਮੁੱਖ ਮੰਤਰੀ ਜੂਨੂ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਦਾ ਕੋਈ ਹੱਲ ਕਰਨ ਸਰਕਾਰ ਨੇ ਬਲਜਿੰਦਰਾ ਕਾਲਜੀ ਨੂੰ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ ਪਰ ਜ਼ਮੀਨ ਦਿੱਤੀ ਨਹੀਂ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਗੀਦਾਰੀ ਨਾਲ ਸ਼ਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਅੱਜ ਵਿਦਿਆਰਥੀਆਂ ਨੂੰ ਮਿਲਨ ਰੁਪੇਸ਼ ਕੁਮਾਰ ਟੇਹਰਾ ਵੀ ਪਹੁੰਚੇ ਬੀਐਸਸੀ ਖੇਤੀਬਾੜੀ ਬਚਾਓ ਮੋਰਚਾ ਲੋਕਾਂ ਦੇ ਹਿੱਤਾਂ ਲਈ ਲੜ ਰਿਹਾ ਹੈ ਇਸ ਦੌਰਾਨ ਵਿਦਿਆਰਥੀ ਆਗੂ ਅਨਮੋਲ ਸਿੰਘ ਰਾਜਕਰਨ ਸਿੰਘ ਜਗਦੀਪ ਸਿੰਘ ਲਾਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਰਵਣਪ੍ਰੀਤ ਸਿੰਘ ਵੰਦੇਜਟਾਣਾ ਕੁਨਾਲ ਅਮਰਦੀਪ ਸਿੰਘ ਬਰਿੰਦਰ ਸਿੰਘ ਸੰਧੂ ਲक्की ਸਿੰਘ ਸੰਦੀਪ ਕੁਮਾਰ ਜਸ਼ਨਦੀਪ ਅਨੰਦੀਪ ਕੌਰ ਆਛਦੀਪ ਕੌਰ ਸ਼ਾਕਸ਼ੀ ਸਮਰ ਪ੍ਰਿਯੰਕਾ ਤਾਵੇਜਾ ਵਰਮਾ ਕਮਲਦੀਪ ਕੌਰ ਅਜੀਪਾਲ ਸਿੰਘ ਨਾਪ੍ਰੀਤ ਸਿੰਘ ਪੁਹਲਾ ਮਨੀਸ਼ਾ ਮੋਦੀ ਕੋਮਲਜੀਤ ਕੌਰ ਨਪ੍ਰੀਤ ਗਗਨਦੀਪ ਕੌਰ ਗੋਤਮ ਅਛਦੀਪ ਕੌਰ ਸੁਖਪਾਲ ਕੌਰ ਸਿਮਰਨ ਜੋਤ ਕੌਰ ਅਤੇ ਹਰਪ੍ਰੀਤ ਕੌਰ ਹਾਜ਼ਰ ਰਹੇ ਅਗਲੀ ਖਬਰ ਹੈਗੀ ਹੈ ਜੀ ਕਿ ਪੰਜਾਬ ਮੁੱਦੇ ਇੱਕ ਇੱਕ ਕਰਕੇ ਹੱਲ ਕੀਤੇ ਜਾਣਗੇ ਚੰਨੀ ਬਿਆਸ ਵਿੱਚ 10 ਕਰੋੜ ਦੀ ਲਾਗਤ ਨਾਲ ਬਣੇਗੀ ਆਈਟੀਆਈ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦਿਆਂ ਨੂੰ ਇੱਕ ਇੱਕ ਕਰਕੇ ਹੱਲ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਅਗਲਾ ਟੀਚਾ ਕੇਬਲ ਨੈਟਵਰਕ ਤੇ ਇਸ ਸੰਬੰਧੀ ਜਲਦੀ ਹੀ ਕਾਰਵਾਈ ਕੀਤੇ ਜਾਵੇ ਕਿ ਭਲਾਈ ਕਾਰਜ ਅਤੇ ਸਕੀਮਾਂ ਪ੍ਰਤੀ ਆਪਣੇ ਦ੍ਰਿੜ ਸੰਕਲਪ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਜੜਨੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਹਿਮ ਖੇਤਰਾਂ ਵਿੱਚ ਠੋਸ ਫੈਸਲੇ ਲਏ ਨੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਬਿਜਲੀ ਰੇਤਾ ਅਤੇ ਬਜਰੀ ਸਸਤੀ ਕਰਨਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਉਣਾ ਬੇਲ ਇਦਾਰਿਆਂ ਵਿੱਚ ਕਟੌਤੀ ਕਾਸਮਿਤ ਕਈ ਲੋਕਪੱਖੀ ਕਦਮ ਸ਼ਾਮਲ ਨੇ ਬਿਆਸ ਵਿਖੇ ਹਲਕਾ ਵਿਧਾਇਕ ਸੰਦੋਖ ਸੰਗ ਭਲਾਈਪੁਰ ਵੱਲੋਂ ਕਰਵਾਏ ਕਟਨ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤੇ ਬੇਇੱਜ਼ਤੀ ਦੇ ਮਾਮਲਿਆਂ ਨੂੰ ਵੀ ਪਹਿਲ ਦੇ ਅਧਾਰ ਤੇ ਅਸਲ ਦੋਸ਼ੀਆਂ ਉੱਪਰ ਤੇ ਜਲਦ ਕਾਰਵਾਈ ਅਮਲ ਵਿੱਚ ਚੱਲਿਆ ਦੀ ਜਾਵੇਗੀ ਆਮ ਆਦਮੀ ਪਾਰਟੀ ਆ ਕੱਲ ਦਲ ਤੇ ਭਾਇ ਭਾਤੇ ਵਾਦੇ ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਝੂਠੇ ਵਾਦੇ ਕਰਕੇ ਪੰਜਾਬ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਕੀਤਾ ਵਿਆਸ ਬਾਬਾ ਬਕਾਲਾ ਤੇ ਆਸ-ਪਾਸ ਦੇ ਖੇਤਰ ਵਿੱਚ ਬੁਨਿਆਦੀ ਟੱਚ ਨੂੰ ਹੋਰ ਹਲਾਰਾ ਦੇਣ ਦਾ ਐਲਾਨ ਕਰਦੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਵਿਆਸ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਈਟੀਆਈ ਜਲਦ ਹੀ ਸ਼ੁਰੂ ਹੋ ਜਾਵੇਗੀ ਪ੍ਰੇਪਰ ਬੇਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ 9649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਤੋਂ ਨਹੀਂ ਦੇਵਾਂਗਾ 90416ਾ 24372 ਵਿੱਚ ਮਿਲਿਆ ਜਿੰਦਾ ਹੈਂਡ ਗਰਨੇਡ ਇਲਾਕੇ ਵਿੱਚ ਫੈਲੀ دہشت ਫਰੋਇ ਪਰ ਦੇ ਜੀਰਾ ਇਲਾਕੇ ਦੇ ਸੇਖੋ ਵਿੱਚ ਬੰਬ ਮਿਲਣ ਕਣ ਹੜਕਾਂਪ ਮਚ ਗਿਆ ਬੰਬ ਮਿਲਣ ਕਣ ਲੋਕਾਂ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਪਤਾ ਲੱਗਾ ਕਿ ਜੀਰਾ ਦੇ ਪਿੰਡ ਸੇਖੋ ਵਿੱਚ ਬੀਐਸਐਫ ਨੂੰ ਇੱਕ ਹੈਂਡ ਗਰਨੇਡ ਬਰਾਮਦ ਹੋਇਆ ਜੋ ਕਿ ਇੱਕ ਟਿਫਨ ਦੇ ਵਿੱਚਕਾਰ ਰੱਖਿਆ ਹੋਇਆ ਜਿਸ ਕਾਰਨ ਇਲਾਕੇ ਵਿੱਚ ਕਾਫੀ ਹੜਕੰਪ ਮੱਚ ਕੇ ਘਟਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਵੀਜ਼ਾ ਹੋਣ ਦੇ ਬਾਵਜੂਦ ਕੈਨੇਡਾ ਦਾ ਜਹਾਜ਼ ਚੜ੍ਹ ਤੋਂ ਰੁੱਕ ਕੇ ਭਾਰਤੀਆਂ ਦੀ ਖੁਸ਼ੀ ਦਾ ਕੋਈ ਟਿਕਣਾ ਨਹੀਂ ਜਦੋਂ ਟੋਰੰਟੋ ਸਰਕਾਰ ਨੇ ਕੋਵੈਕਸਿਨ ਨੂੰ ਮਾਤਾ ਦੇ ਦਿੱਤੀ ਹੈ। ਦੂਜੇ ਪਾਸੇ 15 ਜਨਵਰੀ ਤੋਂ ਬਾਅਦ ਦੋਵੇਂ ਟੀਕੇ ਲਗਵਾ ਚੁੱਕੇ ਕੋਮਾਂਤਰੀ ਵਿਦਿਆਰਥੀ ਹੀ ਕੈਨੇਡਾ ਦੀ ਧਰਤੀ ਤੇ ਕਦਮ ਰੱਖ ਸਕਣਗੇ ਇਸ ਵੇਲੇ ਵਿਦਿਆਰਥੀਆਂ ਕੈਨੇਡੀਅਨ ਨਾਗਰਿਕਾ ਜਾਂ ਪਰਮਾਨੈਂਟ ਰੈਜ਼ਿਡੈਂਸ ਦੇ ਪਰਿਵਾਰਕ ਮੈਂਬਰਾਂ ਅਤੇ ਟਰੱਕ ਡਰਾਈਵਰਾਂ ਨੂੰ ਇਸ ਸੱਤ ਵਿੱਚ ਤੋਂ ਛੋਟ ਮਿਲੀ ਹੋਈ ਹੈ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ 3 ਨਵੰਬਰ ਤੋਂ ਕੋਵੈਕਸਿਨ ਦੇ ਟੀਕੇ ਲਗਵਾ ਚੁੱਕੇ ਭਾਰਤੀ ਨਾਗਰਿਕ ਵੀ ਕੈਨੇਡਾ ਆ ਸਕਣਗੇ ਜਦ ਕਿ ਹੁਣ ਤੱਕ ਸਿਰਫ ਫਾਈਜ਼ਰ ਅ ਮੋਡਰਨਾ ਐਸਟ੍ਰੇਜਨਿਕਾ ਤੇ ਜohnson ਐਂਡ ਜੌਨਸਨ ਦੇ ਟੀਕੇ ਨੂੰ ਹੀ ਮਾਨਤਾ ਦਿੱਤੀ ਗਈ ਸੀ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਨਾਲ ਬਦਲਿਆ ਪੰਜਾਬ ਚੋਣਾਂ ਦਾ ਮਾਹੌਲ ਪ ਕਾਂਗਰਸ ਨੂੰ ਹੁਣ ਪੰਜਾਬ ਵਿੱਚ ਭਾਇਪਾਤੋਂ ਇਸ ਗੱਲ ਦਾ ਡਰ ਸਿਆਸੀ ਮਾਹੌਲ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਭ ਤੋਂ ਵੱਧ ਫਾਇਦਾ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਦਰਸ਼ਨਾਂ ਤੇ ਨਿੰਦਣ ਮੁਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਲਾ ਲਗਾਤਾਰ ਗੱਲ ਕਰਦੇ ਰਹੇ ਸੀ ਇਸ ਦੇ ਨਾਲ ਹੀ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਅਤੇ ਆਪਣੀ ਨਵੀਂ ਪਾਰਟੀ ਦੇ ਐਲਾਨ ਤੋਂ ਨਾਲ ਉਹਨਾਂ ਨੇ ਜਨਤਕ ਤੌਰ ਤੇ ਐਲਾਨ ਕੀਤਾ ਸੀ ਜੇਕਰ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਤਾਂ ਭਾਏ ਬੰਨਲ ਗੱਠ ਜੁੜ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਸਕਦੇ ਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੁਝ ਹੋਰ ਵੱਡਾ ਕਰਨ ਦੀ ਤਿਆਰੀ ਵਿੱਚ ਮੋਦੀ ਸਰਕਾਰਾ 1.5 ਸਾਲ ਤੋਂ ਲਟਕ ਰਹੇ ਖੇਤੀਬਾੜੀ ਬਿੱਲਾਂ ਦਾ ਮਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਉਹਨਾਂ ਨੂੰ ਰੱਦ ਕਰਨ ਦੇ ਇੱਕ ਐਲਾਨ ਨਾਲ ਹੀ ਲਗਭਗ ਖਤਮ ਹੋ ਗਿਆ ਪਿੱਛੇ ਕਈ ਤਰ੍ਹਾਂ ਦੇ ਕਾਰਨ ਰਹੇ ਕੇਂਦਰ ਸਰਕਾਰ ਨਾਲ ਜੁੜੇ ਸੂਤਰਾਂ ਤੋਂ ਇਹ ਪੁਖਤਾ ਖਬਰ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ ਕੁਝ ਫੈਸਲੇ ਲਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ਲਈ ਢਰਾ ਸੌਖਾ ਬਣਾਇਆ ਜਾ ਸਕੇ ਖਬਰ ਮਿਲੀ ਹੈ ਕਿ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਜੋ ਕਟੌਤੀ ਸਰਕਾਰ ਨੇ ਕੀਤੀ ਹੈ ਉਸ ਵਿੱਚ ਅੱਜ ਹੋਰ ਕਟੌਤੀ ਕੀਤੇ ਜਾਣ ਦੀ ਵੀ ਯੋਜਨਾ ਸੰਬੰਧੀ ਕੰਮ ਜਿਹੜਾ ਚੱਲ ਰਿਹਾ ਹੈ ਕੋਰ ਕਮੇਟੀ ਦੀ ਬੈਠਕ ਖਤਮ ਹੋਣ ਤੋਂ ਰਕੇਸ਼ਟ ਕੈ ਦਾ ਵੱਡਾ ਬਿਆਨ ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਬੈਠਕ ਦੇ ਬਾਅਦ ਕਿਸਾਨ ਨੇਤਾ ਰਾਕੇਸ਼ਟ ਕਹਿੰਦੇ ਬਿਆਨ ਜਾਰੀ ਕੀਤੇ ਅਸਬਰੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 22 26 ਅਤੇ 29 ਨਵੰਬਰ ਨੂੰ ਜਿਹੜੇ ਪ੍ਰੋਗਰਾਮ ਹੋਣ ਵਾਲੇ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਜੇਕਰ ਸਰਕਾਰ ਨੂੰ ਗੱਲਬਾਤ ਕਰਨੀ ਹੈ ਤਾਂ ਉਹ ਗੱਲ ਕਰੇ ਜੇਕਰ ਸ਼ੁਰੂ ਵਿੱਚ ਹੀ ਗੱਲਬਾਤ ਹੋ ਗਈ ਹੁੰਦੀ ਤਾਂ ਇੰਨੇ ਕਿਸਾਨਾਂ ਦੀ ਮੌਤ ਨਾ ਹੁੰਦੀ 1.5 ਸਾਲ ਤੋਂ ਬੰਦ ਪਏ ਟੋਲ ਪਲਾਜ਼ਾ ਮੁੜ ਖੁੱਲਣਗੇ ਫਿਰ ਤੋਂ ਦੇਣਾ ਪਵੇਗਾ ਟੈਕਸ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਪੰਜਾਬ ਦੀ ਅਰਥਵਿਵਸਥਾ ਵਿੱਚ ਇੱਕ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ ਇਸ ਦਾ ਸਭ ਤੋਂ ਪਹਿਲਾ ਅਸਰ ਮੁੱਖ ਸਰਕਾਰੀ ਉਸਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਹੋਵੇਗਾ ਕਿਉਂਕਿ ਕਿਸਾਨਾਂ ਦੇ ਵਿਰੋਧ ਕਾਰਨ ਪਿਛਲੇ 1.5 ਸਾਲ ਤੋਂ ਪੰਜਾਬ ਵਿੱਚ ਬੰਦ ਪਏ ਟੋਲ ਪਲਾਜ਼ਾ ਖੁੱਲ ਜਾਣਗੇ ਇਹ ਟੋਲ ਪਲਾਜ਼ਾ NHAI ਨਾਲ ਸੰਬੰਧਿਤ ਹਨ ਅਤੇ ਆਮ ਲੋਕਾਂ ਨੂੰ ਹੁਣ ਸੜਕਾਂ ਤੇ ਜਾਣ ਸਮਝਾਵਾ ਜਾਈ ਲਈ ਟੈਕਸ ਦੇਣਾ ਪਵੇਗਾ ਕਈ ਲੋਕਾਂ ਨੂੰ ਤਾਂ ਆਪਣੇ ਫਾਸਟੈਗ ਵੀ ਚਾਰਜ ਕਰ ਬੋੜੇ ਪੜਨ ਕਿਉਂਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਅੰਦੋਲਨ ਕੰਨ ਬਿਨਾਂ ਰੋਟਾਖਸ ਤੋਂ ਮੁਫਤ ਹੀ ਆਵਾਜ਼ਾਈ ਕਰ ਰਹੇ ਸਨ ਸੋਮਵਾਰ ਨੂੰ ਇਹਨਾਂ ਲੋਕਾਂ ਦੇ ਖਾਤੇ ਵਿੱਚ ਆਉਣਗੇ 1115 ਕਰੋੜ ਚੈੱਕ ਕਰੋ ਕੀ ਤੁਹਾਡਾ ਵੀ ਨਾ ਹੈ ਇਸ ਲਿਸਟ ਵਿੱਚ ਜਿਹਹਰੋ TSBI ਫੰਡ ਪ੍ਰਬੰਧਨ ਫ੍ਰੈਂਕਲਿਨ ਟੈਂਪਲਟਨ ਦੀਆਂ 6 ਬੰਦ ਸਕੀਮਾਂ ਦੇ ਯੂਨਿਟ ਧਾਰਕਾਂ ਨੂੰ ਸੋਮਵਾਰ ਤੋਂ ਸੱਤਵੀਂ ਕਿਸ਼ਤ ਵਜੋਂ 1115 ਕਰੋੜ ਰੁਪਏ ਦੀ ਵਾਧ ਦੀ ਫੰਡ ਕਰੇਗਾ ਫ੍ਰੈਂਕਲਿਨ ਟੈਪ ਲਟਨ ਐਮ ਐਫ ਦੇ ਬੁਲਾਰੇ ਨੇ ਕਿਹਾ ਕਿ ਕੈਸ਼ ਭੁਗਤਾਨ ਤੋਂ ਬਾਅਦ ਕੁੱਲ ਫੰਡ ਕੁੱਲ ਵੱਡ ਜਿਹੜੀ 25114 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ ਜੋ ਕਿ 23 ਅਪ੍ਰੈਲ 2020 ਤੱਕ ਕੰਪਨੀਆਂ ਦੀਆਂ 6 ਯੋਜਨਾਵਾਂ ਦੇ ਪਰਮੰਦਰਨ ਅਧੀਨ ਸਪਤੀਆਂ ਦਾ 99.6% ਹੋਵੇਗਾ। ਰਾਜਸਥਾਨ ਕੈਬਨਿਟ ਨੇ ਸਾਰੇ ਮੈਂਬਰੀਆਂ ਵੱਲ ਰਾਜਸਥਾਨ ਕੈਬਨਿਟ ਦੇ ਸਾਰੇ ਮੰਤਰੀਆਂ ਵੱਲੋਂ ਅਸਤੀਫੇ ਜੀ ਹਾਂ ਦੋਸਤੋ ਰਾਜਸਥਾਨ ਦੇ ਗਹਿਲੋਤ ਕੈਬਨਿਟ ਦੇ ਪੁਨਰ ਗਠਨ ਤੋਂ ਪਹਿਲਾਂ ਸਾਰੇ ਮੰਤਰੀ ਜਿਹੜੇ ਅਸਤੀਫਾ ਦੇ ਦਿੱਤਾ ਹੈ ਮੰਤਰੀ ਮੰਡਲ ਦੀ ਬੈਠਕ ਵਿੱਚ ਸਾਰੇ ਮੰਤਰੀ ਨੇ ਅਸਤੀਫੇ ਦੇ ਦਿੱਤੇ ਨੇ ਹਾਲਾਂਕਿ ਸੂਤਰਾਂ ਮੁਤਾਬਕ ਕੱਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਪਾਲ ਨਾਲ ਮੁਲਾਕਾਤ ਨਹੀਂ ਕਰਨਗੇ ਸਾਰੇ ਵਿਧਾਇਕਾਂ ਨੂੰ ਐਤਵਾਰ ਨੂੰ 2 ਵਜੇ ਪਾਰਟੀ ਦੇ ਸੂਬਾ ਦਫ਼ਤਰ ਬੁਲਾਇਆ ਗਿਆ ਹੈ ਸੂਤਰਾਂ ਮੁਤਾਬਕ ਐਤਵਾਰ ਨੂੰ ਸੌ ਚੱਕਰ ਸੰਭਾਗਮ ਹੋਵੇਗਾ ਗਹਿਲੋਤ ਮੰਤਰੀ ਮੰਡਲ ਚ ਫਿਲਹਾਲ 12 ਸੀਟਾ ਖਾਲੀ ਦੇ ਸੂਤਰਾਂ ਮੁਤਾਬਕ ਗਹਿਲੋਤ ਪਾਇਲਟ ਵਿਚਾਲੇ ਮੰਤਰੀ ਅਹੁਦੇ ਦੀ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ ਡੀਜ਼ਲ ਵਾਹਨ ਮਾਲਕਾਂ ਲਈ ਵੱਡੀ ਰਾਹਤ ਦਿੱਲੀ ਸਰਕਾਰ ਨੇ ਲਿਆ ਅਹਿਮ ਫੈਸਲਾ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਸ਼ਾਲ ਗਹਿਲੋਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪ੍ਰਾਈਵੇਟ ਡੀਜ਼ਲ ਵਾਹਨ ਨੂੰ ਹੁਣ ਇਲੈਕਟ੍ਰਿਕ ਕਿੱਟ ਨਾਲ ਰੈਟਰੋਫਿਟ ਕੀਤਾ ਜਾ ਸਕਦਾ ਹੈ ਆਵਾਜਾਈ ਵਿਭਾਗ ਦੇ ਰਵਾਇਤੀ ਅੰਦਰੂਨੀ ਦਹਨ ਇੰਜਨ ICAI ਦੇ ਲਈ ਰੈਟਰੋ ਫਿਟਿੰਗ ਲਈ ਇਲੈਕਟ੍ਰਿਕਾ ਕਿੱਟ ਦੇ ਨਿਰਮਾਤਾਵਾਂ ਨੂੰ ਸੂਚੀਬੱਧ ਕਰੇਗਾ ਇੱਕ ਵਾਰ ਪੈਨਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਪੁਰਾਣੇ ਡੀਜ਼ਲ ਵਾਹਨ 10 ਸਾਲ ਬਾਅਦ ਵੀ ਦਿੱਲੀ ਐਨਸੀਆਰ ਵਿੱਚ ਚੱਲਣ ਦੀ ਮਨਜ਼ੂਰੀ ਹੋਵੇਗੀ ਇਮਰਾਨ ਨੂੰ ਵੱਡਾ ਪ੍ਰਾਕੈਂ ਤੇ ਤਿਵਾੜੀ ਦਾ ਸਿੱਧੂ ਤੇ ਵੱਡਾ ਹਮਲਾ ਕੀਤਾ ਭੁੱਲ ਕੇ ਪੁੱਛਦੇ ਸ਼ਹੀਦਾਂ ਨੂੰ ਕਾਂਗਰਸ ਦੇ ਸੁਪਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਨੂੰ ਵੱਡਾ ਭਰਾ ਕਹਿ ਤੇ ਮਨੀਸ਼ ਤਵਾੜੀ ਨੇ ਨਵਜੋਤ ਸਿੰਘ ਸਿੱਧੂ ਤੇ ਵੱਡਾ ਹਮਲਾ ਬੋਲਿਆ ਹੈ ਉਹਨਾਂ ਸਿੱਧੂ ਦੇ ਨਿਸ਼ਾਨਾ ਵਧਿਆ ਟਵੀਟ ਕੀਤਾ ਕਿ ਕਿਸੇ ਦਾ ਵੱਡਾ ਭਰਾ ਭਾਰਤ ਦੇ ਸਿਰਫ ਸਾਜ਼ਿਸ਼ ਰਚ ਰਿਹਾ ਹੈ ਕਿ ਐਸਪੀ ਪੁਲਿਸ ਦੇ ਸ਼ਹੀਦਾਂ ਨੂੰ ਭੁੱਲ ਗਏ ਹਨ Imran ਨੇ LOC ਤੇ ਅਤਵਾਦੀ ਭੇਜੇ Imran Khan ਪੰਜਾਬ ਚ ਡਰੱਗ ਅਤੇ ਡਰੋਨ ਭੇਜਦੇ ਨੇ ਕਰਤਾਰਪੁਰ ਲਾਂਘੇ ਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਹਫ਼ਤੇ ਖੁੱਲ੍ਹ ਗਏ ਕਰੋਨਾ ਕਰਕੇ ਪਿਛਲੇ ਸਾਲ ਮਾਰਚ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਯਾਤਰਣ ਮਤਲਕਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਵੱਲੋਂ ਇਹ ਲਾਂਘਾ ਖੁੱਲਣ ਦੀ ਅਪੀਲ ਕੀਤੀ ਜਾ ਰਹੀ ਸੀ ਲਾਂਘਾ ਖੁੱਲਣ ਤੋਂ ਬਾਅਦ ਇਮਰਾਨਖਰ ਸਿੱਧੂ ਦੇ ਤਰੀਫਾਂ ਦੀ ਪੋਲ ਬਾਦਰ ਰਹੇ ਨੇ ਜੇ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਨਾ ਹੁੰਦਾ ਤਾਂ ਕੰਟਰੈਕਟ ਫਾਰਮਿੰਗ ਜਰੀਏ ਕਿਸਾਨਾਂ ਨੂੰ ਕਾਨੂੰਨੀ ਪੱჭੜਿਆਂ ਵਿੱਚ ਫਸਾ ਕੇ ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕ ਬਣ ਸਕਦੇ ਸੀ ਠੇਕੇਦਾਰ ਸੁਖਪ੍ਰੀਤ ਬਰਾੜ ਜੇਕਰ ਕੇਂਦਰ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਨਾ ਲੈਂਦੀ ਤਾਂ ਕਾਰਪੋਰੇਟ ਘਰਾੜਿਆਂ ਨੇ ਠੇਕਾ ਖੇਤੀ ਰਾਹੀਂ ਕਿਸਾਨਾਂ ਦੀ ਆਰਥਿਕਤਾ ਨੂੰ ਅੰਦਰੋਂ ਖੋਖਲਾ ਕਰਕੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਣਾ ਸੀ ਇਹ ਠੀਕ ਇਸ ਤਰ੍ਹਾਂ ਹੁੰਦਾ ਜਿਵੇਂ ਅੱਜਕੱਲ੍ਹ ਕੁਝ ਕਾਰਪੋਰੇਟ ਵਿੱਤ ਕੰਪਨੀਆਂ ਤੇ ਨਿੱਜੀ ਬੈਂਕਾਂ ਆਮ ਵੱਧ ਵਰਗੀ ਲੋਕਾਂ ਦੀ ਆਰਥਿਕਤਾ ਨੂੰ ਖੋਖਲਾ ਬਨਣ ਵਿੱਚ ਲੱਗੇ ਹੋਏ ਨੇ ਇਹਨਾਂ ਵਿਚਾਰ ਦਾ ਪ੍ਰਗਟਾਵਾ ਜਿਲ੍ਹਾ ਯੂਥ ਅਕਲਦਾਲ ਫਰੀਦਕੋਟ ਦੇ ਉਮੀਦਵਾਰ ਦਾਨ ਸੁਖਬੀਰ ਸਿੰਘ ਬਰਾੜ ਆ ਪੱਜਗੜਾਇ ਨੇ মিডিਆ ਅੱਗੇ ਕੀਤਾ ਔਰ ਨਾਲ ਅਗੇ ਕਿਹਾ ਕਿ ਖੇਤੀ ਕੀਮਤ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ ਸਮਝੌਤਾ ਬੈਲਾ 2020 ਦੇ ਸੰਦਰਭ ਵਿੱਚ ਸਰਕਾਰ ਦਾ ਕਹਿਣਾ ਸੀ ਕਿ ਕਿਸਾਨਾਂ ਅਤੇ ਨਿੱਜੀ ਕੰਪਨੀਆਂ ਦੇ ਦਰਮਿਆਨ ਸਮਝੌਤਾ ਖੇਤੀਦਰਾ ਖੁੱਲ ਰਿਹਾ ਇਸ ਨੂੰ ਆਮ ਪਾਸ਼ਾ ਵਿੱਚ ਕੰਟਰੈਕਟ ਫਾਰਮਿੰਗ ਕਿਹਾ ਜਾਂਦਾ ਹੈ ਪੰਜਾਬ ਦੇ 20000 ਅਧਿਆਪਕਾਂ ਨੂੰ ਜਲਦੀ ਮਿਲ ਸਕਦੀ ਹੈ ਖੁਸ਼ਖਬਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਹਾਲ ਕੱਢ ਲੈ ਦਿੱਲੀ ਪੁੱਜੇ ਪੰਜਾਬ ਯੂਨੀਵਰਸਿਟੀ ਸੂਬੇ ਦੀਆਂ तमाम ਯੂਨੀਵਰਸਿਟੀਆਂ ਅਤੇ 400 ਤੋਂ ਵੱਧ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਸੱਤਵਾਂ ਤਨਖਾਸ਼ਕੇਲ ਮਿਲਣ ਦੀਆਂ ਆਸਾਂ ਮਜ਼ਬੂਤ ਹੋ ਰਹੀਆਂ ਨਜ਼ਰ ਆ ਰਹੀਆਂ ਨੇ ਸੂਤਰਾਂ ਮੁਤਾਬਕ ਪੂਰੇ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਵੱਡੇ ਮੰਤਰੀ ਨੂੰ ਤਲਬ ਕੀਤਾ ਹੈ ਸੂਤਰਮਤਾ ਅਕਸ਼ਨੇਚਰਵਾਰ ਨੂੰ ਸੂਬੇ ਦੇ ਵਿੱਤ ਮੰਤਰੀ ਮਨਪ੍ਰਸੰਗ ਬਾਦਲ ਦਿੱਲੀ ਪੋਜ ਗਏ ਨੇ ਚਨੇਚਰਵਾਰ ਸ਼ਾਮ ਜਾਂ ਐਤਵਾਰ ਨੂੰ 20000 ਕਾਲਜ ਤੇ ਯੂਨੀਵਰਸਿਟੀ ਪ੍ਰੋਫੈਸਰਾਂ ਦੇ 7ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕੁਝ ਹੋਰ ਨਾ ਮੁੱਦੇ ਦੇ ਨਾਲ ਵਿਸਤਾਰ ਵਿੱਚ ਚਰਚਾ ਹੋਵੇਗੀ ਰਾਹੁਲ ਗਾਂਧੀ ਕੋਲ ਬੀਤੇ ਹਫਤੇ ਹੀ ਮਾਮਲੇ ਨੂੰ ਲੈ ਕੇ ਚੰਨੀਗੜ੍ਹ ਤੇ ਪੰਜਾਬ ਦੀ ਟੀਚਰਜ਼ ਐਸੋਸੀਏਸ਼ਨ ਨੇ ਰਾਬਤਾ ਕੀਤਾ ਸੀ ਪੂਰੇ ਮਾਮਲੇ ਨੂੰ ਰਾਹੁਲ ਗੰਭੀਤ ਨਾਲ ਲੈ ਰਹੇ ਨੇ ਤੇ ਮਾਰਚ 2022 ਵਿਧਾਨ ਸਭਾ ਚੋਣਾਂ ਵਿੱਚ ਹੋਣਾ ਪ੍ਰੋਫੈਸਰਾਂ ਦੇ ਵੋਟ ਬੈਂਕਾਂ ਨੂੰ ਕਾਂਗਰਸ ਗਵਾਉਣਾ ਨਹੀਂ ਚਾਹੁੰਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੱਚੇ ਤੇਲ ਵਿੱਚ ਗਿਰਾਵਟ ਜਾਰੀ। ਕਮਾਂਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤਾਂ ਵਿੱਚ ਗਿਰਾਵਟ ਦਾ سلسلہ ਜਾਰੀ ਹੈ ਜਿਸ ਕਾਰਨ ਬ੍ਰੈਟ ਕਰੂਡ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਚਲਾ ਗਿਆ ਹੈ। ਹਾਲਾਂਕਿ ਜੱਦ ਤੱਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ 16ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰਾਜਧਾਨੀ ਦਿੱਲੀ ਵਿੱਚ ਸ਼ਹਿਰੀਵਾਨਮ ਪੈਟਰੋਲ ਦੀ ਕੀਮਤ 80.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.65 ਰੁਪਏ ਪ੍ਰਤੀ ਲੀਟਰ ਤੇ ਸਤੈਰੀਆ ਪਰ ਕੱਚੇ ਤੇਲ ਦੀ ਕੀਮਤਾਂ ਦੇ ਘਟਣ ਦੇ ਨਾਲ-ਨਾਲ ਹੀ ਜੜੀਆਂ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਵੀ ਜਲਦੀ ਹੀ ਹੋਰ ਘਟ ਸਕਦੀਆਂ ਨੇ ਇਸ ਦਾ ਐਲਾਨ ਸਰਕਾਰ ਵੱਲੋਂ ਛੇਤੀ ਹੀ ਕੀਤਾ ਜਾਊਗਾ ਇਸ ਬਾਰੇ ਵਿਚਾਰ-ਵਟਾਂਦਰਾ ਸਰਕਾਰ ਦੀਆਂ ਮੀਟਿੰਗਾਂ ਵਿੱਚ ਚੱਲ ਰਿਹਾ ਹੈ ਤਾਂ ਦੋਸਤੋ ਇਸ ਹੀ ਆਪਣੀਆਂ ਅੱਜ ਦੇ ਦਿਨ ਪਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣ ਕਰੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ